बिस्मिल्लाहिर्रहमानिर्रहीम अल्लाहुम्मा सल्ली अला सय्यिदना मुहम्मद व अला आलि सय्यिदना मुहम्मद व सहबिही व बारिक व सल्लम सल्ली अलैहि सल्लु अला अल हबीब सल्लल्लाहु तआला अला मुहम्मदन सल्लल्लाहु अलैहि व आलिहि वसल्लम। अल्लाह पाक के दिल की दुआ है मेरे तमाम देखने और सुनने वाले से तंदुरुस्त वाली जिंदगी गुजार रहे हों, आमीन सुम्मा आमीन। जनाब अल्लाह पाक के फजल करम शुक्र नाल अज दा ब्लॉग शुरू करिए। जनाब असी चले हैं जी काम ते, मोटरसाइकिल रेडी है काम ते चल के, जिहड़ा कल पाइपां नूं मसाला वगैरह मारिया सी ते जनाब उन्होंने प्लस्तर करिए, उस तो बाद देखांगे अज इतवार उस्ताद भी कोल ही होने साडे कोल ते दसण दे किहड़ा काम है ते की करना है। ते अज दा काम शुरू करन तों पहलां अस्सलाम वालेकुम रहमतुल्लाहि वबरकातहू, मेरा नाम मिस्त्री एहसान है, तुहानूं अज दे ब्लॉग दे विच खुश आमदी। चलिए जी मोटरसाइकिल ते बह गए। अहमद साहब कहिंदा मैनूं चीज़ लै के दो, ते हुण इहनूं वी नाल खड़ना पैणा दुकान तक। टाइम मेरे को अगे थोड़ा 7:58 हो गए ने। बिस्मिल्लाहिर्रहमानिर्रहीम, जल्दी नाल चीज़ लिया के नूं वापस घर सट्टीए। आ गए हैं, इन कल सीमेंट मार के कच्चा कर गए सी, ते हुण इहनूं करना उत्तों प्लस्तर, प्लस्तर करके सारा इधरों काम मुकाने आ, मसाला असीं बनाउण लगे आ जी। अलहमदुलिल्लाह जनाब इहनूं प्लस्तर हो गया साडा सारा ही, ਇਹ ਜੀ ਅਸੀਂ ਪਲਸਤਰ ਕਰਕੇ ਤੇ ਇਹ ਸਾਰਾ ਇੱਧਰ ਨੂੰ ਕਰਤਾ ਕਲੀਅਰ। ਨਾਲ ਹੀ ਸੀ ਆਪਣੀ ਇਹਦੇ ਉੱਤੇ ਇੱਕ ਵਾਰ ਲਾਇਆ ਸੀ ਰਾਤੀ, ਇਹਨੂੰ ਪਲਸਤਰ ਕਰਤਾ, ਉੱਧਰੋਂ ਵੀ ਆਸੋ ਪਾਸੇ ਹੋਇਆ ਸਾਰਾ। ਹੋ ਇਹ ਵੀ ਜੀ ਫੁੱਲਾਂ ਵਾਲਾ ਕੱਪ ਹੈ, ਲੇਕਿਨ ਇਹ ਸ਼ੇਖਾਂ ਦਾ ਕੱਪ ਹੈ। ਅੱਜ ਚਾਹ ਤਾਂ ਪੀ ਕੇ ਦੱਸ, ਸ਼ੇਖਾਂ ਦੀ ਚਾਹ ਕੈਸੀ ਹੈ? ਹੁਣ ਤਾਂ ਕਹਿ ਕੱਪ ਮੁੱਕਣ 'ਤੇ ਆ ਗਿਆ। ਜਿਹੜਾ ਬੰਦਾ ਸਾਨੂੰ ਚਾਹ ਦੇਣਾ ਆਇਆ ਸਾਡੇ ਲਾਗੇ, ਲੋਕ ਗੱਪਾਂ ਨੂੰ ਜੁੜੇ ਆ ਕੇ ਹੈ, ਫਿਰ ਅਸੀਂ ਕੱਪ ਅਤੇ ਚਾਹ ਮੁਕਾ ਚੜੀਏ, ਥੋੜ੍ਹੀ ਥੋੜ੍ਹੀ ਰਹਿ ਗਈ, ਚਾਹ ਮਜ਼ੇਦਾਰ ਹੈ। ਆਹ ਦੇਖੋ ਹੈ ਜੀ, ਇੰਨੀ ਕੁ ਪਈ ਹੈ ਸਾਡੀ। ਇਹ ਸਾਡਾ ਜੀ ਪਹਿਲਾਂ ਵਾਸ਼ਰੂਮ ਹੈ, ਇਹਨੂੰ ਉੱਦਣ ਦਾ ਚੰਗੀ ਤਰ੍ਹਾਂ ਤੋੜ ਭੰਨ ਕਰਨ ਦੇ ਸੀ, ਉਹ ਡਰਿੱਲਾਂ ਦੇ ਨਾਲ, ਹਿਲਟੀਆਂ ਦੇ ਨਾਲ ਹੈ। ਇਹ ਥੱਲੋਂ ਮੈਂ ਕੱਲ੍ਹ ਪਲਸਤਰ ਕਰ ਰਿਹਾ, ਟੋਲੇ ਦਾ ਹਿਸਾਬ ਤਾਂ ਲਾਉਣ ਲੱਗਿਆ, ਮੋਰਾ ਬੰਦ ਕਰਨਾ। ਇਹ ਸਾਡਾ ਛੱਤ ਦਾ ਲੈਵਲ ਆ ਰਿਹਾ, ਛੱਤ ਦਾ ਪਾਣੀ ਉਹਦੇ 'ਚ ਪਾਉਣਾ ਪੱਲੇ 'ਚ, ਪੱਲੇ ਪੈਰ ਛੱਤ ਦਾ ਪਾਣੀ ਲਾ ਕੇ ਇਹਨੂੰ ਉੱਤੋਂ ਬੰਦ ਕਰ ਦੇਣਾ। ਜੇ ਕਿਤੇ ਬਾਹਰ ਨੂੰ ਬਾਅਦ 'ਚ ਇੱਥੇ ਕਿਤੇ ਸੀਟ ਵਗੈਰਾ ਲਾਉਣੀ, ਕੋਈ ਵਾਸ਼ਰੂਮ ਬਣਾਉਣਾ ਪਿਆ ਅਤੇ ਇਹਦਾ ਸਿਸਟਮ ਕਰੀਏ ਕੋਈ, ਤਾਂ ਪਰ ਨਾਲ ਉੱਧਰ ਐਲਬੋ ਪਾਈਏ ਦੂਸਰੇ ਪੈਰ ਨੂੰ, ਕੋਈ ਇੱਧਰੋਂ ਵੀ ਕੋਈ ਐਲਬੋ ਪੈ ਗਿਆ ਤਾਂ ਪੈਰ ਇੱਥੇ ਟੈਲਾਂ ਪਾ ਕੇ ਇਹਦੀ ਛੱਤ ਕਿਤੇ ਪਾਈਏ। ਚੈੱਕ ਕਰੋ ਜੀ ਪਾਣੀ ਆ ਰਿਹਾ ਸਾਡਾ, ਬਾਹਰ ਪਾਣੀ ਆ ਰਿਹਾ, ਇੱਥੋਂ ਦੀ ਸਿੱਧਾ ਪੈਕ ਪੈਪ ਉੱਧਰ ਪਾਤਾ ਅਤੇ ਉੱਤੇ ਰੋੜੀ ਰੂੜੀ ਪਾ ਕੇ ਬੰਦ ਕਰਤਾ। ਇਹਨੂੰ ਪੈਪ ਨੂੰ ਕੱਟ ਕੇ ਇੱਕ ਵਾਰ ਬੁਲਾਤੀ, ਇੱਥੇ ਟੈਲਾਂ ਲਾ ਕੇ ਉੱਤੇ ਮਸਾਲਾ ਪਾਤਾ, ਵਕਤੀ ਤੌਰ ਨੂੰ ਰਫ ਜਿਹਾ ਕਰਕੇ ਛੱਡ ਦਿੱਤਾ। ਅਤੇ ਇਹ ਜਨਾਬ ਇਸ ਤਰ੍ਹਾਂ ਦਾ ਕੰਮ ਹੋ ਗਿਆ ਸਾਡਾ। ਅਲਹਮਦੁਲਿਲਾ ਜੀ, ਇਹ ਜਨਾਬ ਸਾਡਾ ਗਟਰ ਸੀ ਕਾਫੀ ਦੇਰ ਤੋਂ ਬੰਦ, ਅਤੇ ਜਨਾਬ ਇਹਨੂੰ ਵੀ ਕਾਫੀ ਇਹ ਵੱਡਾ ਸਾਰਾ ਗਟਰ ਖੁੱਲ੍ਹਾ, ਉੱਧਰ ਵੀ ਖਾਨਾ ਹੈ ਅਤੇ ਉੱਧਰ ਨੂੰ, ਅਤੇ ਇਹ ਬੰਦ ਸੀ ਅਤੇ ਇਹਦਾ ਵੀ ਕੰਮ ਹੁਣ ਕਰਨਾ ਸੀ ਅਤੇ ਇਹ ਵੀ ਖੋਲ੍ਹਿਆ। ਜਨਾਬ ਖਾਣਾ ਖਾਣ ਵਾਸਤੇ ਘਰ ਚਲ ਗਏ ਹਾਂ, ਅਤੇ ਵਾਪਸੀ 'ਤੇ ਆਉਂਦੇ ਹਾਂ, ਸਮਾਨ ਚੁੱਕਿਆ ਵੀ ਨਹੀਂ ਜਾਣ ਡਿਆ ਹੈ, ਚੀਨੀ ਘੀ ਸਰਫ ਨਮਕ ਹੈ, ਸਾਬਣ ਨਮਕ ਆਹ ਤਜ਼ਾਬ, ਅਤੇ ਆਹ ਨਮਕ, ਆਹ ਬਰਤਨਾਂ ਵਾਲਾ ਸਾਬਣ, ਬਰਤਨਾਂ ਵਾਲਾ ਤੇਲ ਹੈ, ਚੱਕ ਲਈ ਇੱਥੋਂ ਹੈ। ਆਏ ਮੇਰੀ ਅੱਛਾ ਛੁੱਤੀ ਉੱਠੀ ਏ, ਕਾਕਾ ਵੀ ਛੁੱਤਾ ਉੱਠਿਆ ਮੇਰਾ, ਮੇਰਾ ਕਾਕਾ ਨਿੱਕਾ ਜਿਹਾ ਝੁੰਗੀ 'ਚ ਪਿਆ, ਉੱਠੋ 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 ਉੱਠੋ। ਅਸਲਾਮੁਅਲੈਕੁਮ, ਅਸਲਾਮੁਅਲੈਕੁਮ, ਸਲਾਮੁਅਲੈਕੁਮ, ਸਲਾਮੁਅਲੈਕੁਮ, ਅਸਲਾਮੁਅਲੈਕੁਮ। ਆਇਆ ਜਾ, ਪਾਪਾ ਨੇ ਅੱਜ ਸ਼ਾਮ ਹੀ ਨਹੀਂ ਲੈਣ ਡਈ, ਪਾਪਾ ਨੇ ਅੱਜ ਸ਼ਾਮ ਹੀ ਨਹੀਂ ਲੈਣ ਡਈ, ਅਸੀਂ ਪਾਪਾ ਨੇ ਸ਼ਾਮ ਨਹੀਂ ਲੈਣ ਡਿਆ, ਮੇਰਾ ਪੁੱਟ ਮੋ ਪੁੱਟ ਮੇਰਾ ਪੁੱਟ ਮੇਰਾ ਪੁੱਟ ਜੀ। ਅਲਹਮਦੁਲਿਲਾ ਆ ਗਏ ਜਨਾਬ ਘਰ ਖਾਣਾ ਖਾਣ ਵਾਸਤੇ,
ਤੇ ਹਮੇਸ਼ਾ ਉਹ ਰਲਦੀ ਤਿਆਰ ਦਾਲ ਲਿਆਈ ਦੀ ਹੈ ਅਤੇ ਅੱਜ ਲਿਆਇਆ ਪਕਾਈ ਅਸੀਂ ਆਪਣੀ ਦਾਲ। ਚੈੱਕ ਕਰੋ ਜੀ, ਇਹ ਸਾਡੀ ਜੀ ਮੂੰਗੀ ਮਸਰਾਂ ਦੀ ਮਿਕਸ ਦਾਲ ਹੈ ਅਤੇ ਵਿੱਚ ਕਿਤੇ ਕਿਤੇ ਸ਼ਾਇਦ ਬੋਟੀ ਵੀ ਨਜ਼ਰ ਆ ਹੀ ਜਾਏ ਕਿਉਂਕਿ ਅਸੀਂ ਰੱਖੀਆਂ ਸੀ ਦੋ ਕੁ ਬੋਟੀਆਂ ਕਿ ਦਾਲ ਬਣਾਵਾਂਗੇ ਅਤੇ ਉਹਦੇ ਵਿੱਚ ਪਾਵਾਂਗੇ। ਇਹ ਜੀ ਨਾਲ ਰੋਟੀ ਦੇਸੀ ਘਿਓ ਦੀ ਚੋਪੜੀ ਅਤੇ ਨਾਲ ਚਾਚੂ ਦਹੀਂ ਸ਼ਰੀ ਹੈਂ ਅਤੇ ਰੋਟੀ ਖਾਈਏ, ਭੁੱਖ ਬਹੁਤ ਲੱਗੀ। ਬਿਸਮਿਲ੍ਲਾ ਜੀ ਵੀਵਰਸ, ਖਾਣਾ ਵਗੈਰਾ ਖਾ ਕੇ ਆਣ ਕੇ ਅਸੀਂ ਆਹ ਕਾਲੀ ਸਾਹਿਬ ਦੇ ਰਿਹਾਇਸ਼ ਦੇ ਉੱਤੇ ਮੌਜੂਦ ਹਾਂ ਜਨਾਬ। ਇਹ ਰੋਸ਼ਨਦਾਨ ਕੱਢਿਆ ਸੀ, ਇਹਦੇ ਵਿੱਚ ਧਾਰਾਂ ਵਗੈਰਾ ਲਾ ਕੇ ਇਹਨੂੰ ਕੀਤੀਆਂ। ਉਸ ਤੋਂ ਬਾਅਦ ਆਹ ਛੱਤ ਹੈ ਸਾਰੀ ਛੱਤ ਦੇ ਉੱਤੇ, ਇੱਥੇ ਮਸਾਲਾ ਬਣਾਇਆ। ਇੱਥੇ ਛੱਤ ਦਾ ਨਾ ਆਪਾਂ ਪੈਪ ਥੱਲੇ ਅਤੇ ਇਹ ਕਿਚਨ ਦਾ ਪੈਪ ਆ ਰਿਹਾ, ਇੱਥੇ ਲੱਗਾ ਸੀ ਲੋਟਾ ਬੰਦ ਸੀ, ਯੇ ਉਹ ਸਾਰਾ ਕੁਛ ਅਤੇ ਉਹ ਜਨਾਬ ਇਹਦਾ ਸਿਸਟਮ ਕੀਤਾ। ਇੱਧਰ ਨੂੰ ਆਹ ਐਲਬੋ ਸਾਡੀ ਪੈ ਕੇ ਇੱਧਰ ਨੂੰ ਇੱਥੇ ਲੋਟਾ ਲੱਗਾ ਹੈ, ਹੁਣ ਦੁਬਾਰਾ ਤਾਂ ਲੋਟਾ ਨਹੀਂ ਲੱਗਣਾ। ਅਤੇ ਇਸ ਤੋਂ ਇਹ ਐਲਬੋ ਜਿਹੜੀ ਉਹ ਵੀ ਟੁੱਟ ਗਈ ਸੀ ਬੰਦੇ ਕੋਲੋਂ, ਮਜ਼ਦੂਰ ਤੋਂ ਤੋੜ ਦਿਆ, ਅਤੇ ਇਸ ਤੋਂ ਬਾਅਦ ਸਾਰਾ ਨਾ ਇੱਥੇ ਇੱਦਾਂ ਹੀ ਵੈਸੇ ਹੀ ਹੁਣ ਜਾਲੀ ਲਾ ਲਈਏ ਇਸ ਹਿਸਾਬ ਨਾਲ ਇੱਥੇ ਕਰਕੇ, ਅਤੇ ਪਕਾਇਆ ਜਿਹੜਾ ਨਾ ਸਾਰਾ ਮਸਾਲਾ ਮਸੂਲਾ ਪਾ ਕੇ ਸਾਨੂੰ ਪੂਰ ਕੇ ਜਾਂ ਸਮੈਸ ਕਰ ਦਿੰਦਾ। ਇੱਕ ਉਹ ਜਾਲੀ ਲਾਈਏ ਵਾਸ਼ਰੂਮ ਦੇ ਅੰਦਰ, ਇਹ ਹੀ ਕੰਮ ਹੈ ਸਾਡਾ। ਮਾਸ਼ਾਅੱਲਾ ਤਬਾਰਕ ਅੱਲਾ ਜੀ, ਇਹ ਵੀ ਜਾਲੀ ਲੱਗ ਗਈ ਸਾਡੀ। ਇਹ ਦੇਖੇ ਤੁਹਾਨੂੰ ਖਾਇਆ, ਰੋਸ਼ਨ ਜਨ ਕਲੀਅਰ ਹੋ ਗਿਆ। ਅਲਹਮਦੁਲਿਲਾ ਜਨਾਬ, ਅਸੀਂ ਆ ਗਏ ਮਦਰੀਸਾ ਦੀ ਸਾਈਡ 'ਤੇ। ਆ ਚੈੱਕ ਕਰੋ ਗੋ ਤਾਂ ਸਿਰਫ ਉਹਨਾਂ ਦੋ ਦਿਨ ਵਾਲੇ ਬਣੇ ਨੇ। ਡਿਜ਼ਾਇਨ ਦੀ ਚੈੱਕ ਕਰੋ, ਮੋਲਡਿੰਗ ਵਾਲੀ ਇੱਟ ਗੋਲ ਉਹ ਉੱਤੇ ਲਾਈ ਨੇ, ਨਾਲੇ ਉਹ ਵੀ ਉੱਤੇ ਲੈ ਵਾਰ ਇੱਕ ਲਾਇਆ ਲੈਂਟਰ। ਅੱਗੇ ਤਾਂ ਇਕੱਲੀਆਂ ਗੁਲਾਈਆਂ ਸਨ, ਇਹ ਜਿਹੜੇ ਵਿਚਕਾਰ ਲਏ ਕੋਲੇ ਚੁੱਕ ਕੇ ਨੌ ਦੇ ਅਤੇ ਉੱਤੇ ਆ ਲੈਂਟਰ ਦਾ ਵਾਰ ਲਾ ਕੇ ਉੱਤੇ ਗਲਾਈ ਬਣਾਈ ਦੇ, ਐਸੀ ਪਲਸਤਰ ਹੋ ਕੇ ਬੜੀ ਖੂਬਸੂਰਤ ਲੱਗੇਗੀ। ਅੱਜ ਆਹ ਲਾਲੇ ਦੀ ਜਾਨ ਸ਼ਰਾਜ਼ੀ ਨੇ ਬਹੁ ਕੰਮ ਕੀਤਾ। ਕਿਉਂ ਬਾਈ ਹੈ ਸ਼ਰਾਜ਼, ਇਹ ਜਿਹੜਾ ਮਨਾਰ ਹੈ ਨਾ ਜਨਾਬ, ਇਹਨੇ ਤਾਂ ਫੈਜ਼ੁੱਲਾ ਨੇ ਝੰਡਿਆਂ ਨਾਲ ਭਰ ਛੜਿਆ ਚਾਰ ਪਾਸਿਓ, ਅਤੇ ਸਪੀਕਰ ਵੀ ਕੁਛ ਨਵੇਂ ਲੱਗੇ ਨੇ, ਸਪੀਕਰ ਵਾਲੇ ਵੀ ਚੜੇ ਰਹੇ ਨੇ। ਮੈਂ ਉੱਧਰ ਮਸਰੂਫ ਰਿਹਾ ਦੂਸਰੇ ਪਾਸੇ, ਨਹੀਂ ਤਾਂ ਵੀਡੀਓ ਬਣਾਉਣੀ ਸੀ। ਅਤੇ ਉਸ ਤੋਂ ਬਾਅਦ ਮਨਾਰ ਦੀ ਉੱਤੋਂ ਥੱਲੋਂ ਪੌੜੀਆਂ ਤੋਂ ਸਾਰੀ ਸਫਾਈ ਕਰਕੇ ਇਹਨੇ ਯੈਸ ਐਮ ਐਸ ਕੀਤਾ ਅੱਜ ਮਨਾਰ। ਇਸ ਬੰਦੇ ਨੂੰ ਸਾਰਾ ਕ੍ਰੈਡਿਟ ਜਾਂਦਾ ਮਨਾਰ ਦਾ। ਇਹ ਤਾਂ ਵਿਹਲਾ ਨਾ ਖੱਟੂ, ਵੇ ਸਮਾਨ ਵੇ ਭਾਂਦਾ, ਉਹ ਖਸਮਾ ਤੈਨੂੰ ਅਕਲ ਨਹੀਂ ਆ, ਉਹ ਮੈਨੂੰ ਪਤਾ। ਅੱਗੇ ਮਦਰੀਸੇ ਵਾਲੇ ਪਾਸੇ ਆਏ ਸੀ ਜਨਾਬ, ਥੋੜ੍ਹੀ ਜਿਹੀ ਜਗ੍ਹਾ 'ਤੇ ਪਾਣੀ ਖੜ੍ਹਾ ਹੁੰਦਾ ਸੀ ਅਤੇ ਇੱਥੇ ਮਸਾਲਾ ਪਾਇਆ ਹੈ, ਕੁਛ ਇੱਥੇ ਪਿਆ ਸੀ ਬਾਹਰ, ਇਹਨੂੰ ਲੁਕੋਇਆ। ਉਹ ਜਿਹੜੀ ਪੌੜੀ ਦੇ ਅੱਗੇ ਗਾਰਡਰ ਪਾਏ, ਛੱਤ ਪਾਏ ਆ ਤਿੰਨ ਗਾਰਡਰ, ਇਹਨਾਂ ਦੇ ਖੁੱਡੇ ਅੰਦਰੋਂ ਪਾਟੇ ਹਨ ਕੰਧਾਂ 'ਤੇ, ਉਹ ਪਲਸਤਰ ਕੀਤੀਆਂ। ਇਹ ਕੰਮ ਕਰਨ ਵਾਸਤੇ ਮਦਰੀਸੇ 'ਤੇ ਆਏ ਸੀ, ਹੁਣ ਸਾਡਾ ਇਹ ਕੰਮ ਸਾਰਾ ਉੱਤੋਂ ਫਾਈਨਲ ਹੋ ਗਿਆ, ਹੁਣ ਛੁੱਟੀ ਦਾ ਟਾਈਮ ਹੋ ਗਿਆ, ਛੁੱਟੀ ਕਰ ਲੈਣਾ। ਅਲਹਮਦੁਲਿਲਾ ਜੀ, ਅਸੀਂ ਘਰ ਪਹੁੰਚ ਆਏ ਹਾਂ ਕੰਮ ਤੋਂ ਛੁੱਟੀ ਕਰਕੇ। ਜਨਾਬ ਦੁਪਹਿਰ ਹੀ ਮੈਂ ਨਾ ਜਦੋਂ ਖਾਣਾ ਵਗੈਰਾ ਖਾਣ ਆਇਆ ਸੀ, ਉਦੋਂ ਮੈਂ ਸੁੱਤਾ ਪਿਆ ਸੀ ਅਤੇ ਬਿੱਲਾਂ ਵਾਲੇ ਜਿਹੜੇ ਨੇ ਬਿੱਲ ਵਰਤਾ ਕੇ ਚਲੇ ਗਏ, ਸਾਡੇ ਘਰ ਬਿੱਲ ਨਹੀਂ ਦੇ ਗਏ। ਅਤੇ ਹੁਣ ਸੁਬਾਹ ਜਿਹੜਾ ਮੈਂ ਜਾ ਕੇ ਦਫ਼ਤਰ 'ਚ ਪਤਾ ਕਰਾਂਗੇ, ਆਪਣਾ ਜਿਹੜਾ ਵਾਪਰਾ ਆਫਿਸਰ ਹੈ ਇੱਥੇ ਸਾਡੇ ਨਵਾਂ ਗਾਉਂ 'ਚ, ਉੱਥੋਂ ਜਾ ਕੇ ਪਤਾ ਕਰਾਂਗੇ ਅਤੇ ਕੋਈ ਬਿੱਲ ਸਾਡਾ ਕਿਉਂ ਨਹੀਂ ਆਇਆ। ਕਿਉਂਕਿ ਜਦੋਂ ਮੈਂ ਮੀਟਰ ਨਵਾਂ ਲਵਾਇਆ ਸੀ ਉਦੋਂ ਵੀ ਤਿੰਨਾਂ ਮਹੀਨਿਆਂ ਦਾ ਨਸੀ ਬਿੱਲ ਆਇਆ, ਅਤੇ ਮੈਨੂੰ ਕਿਸੇ ਨੇ ਦੱਸਿਆ ਕਿ 3 ਮਹੀਨਿਆਂ ਬਾਅਦ ਆ ਜਾਏਗਾ, ਅਤੇ 3 ਮਹੀਨਿਆਂ ਬਾਅਦ ਬਿੱਲ ਕੀ ਆਇਆ, ਉਹ ਮੀਟਰ ਕੱਟਣ ਆ ਗਏ। ਅਤੇ ਫਿਰ ਉਹ ਬੜਾ ਉਹਨਾਂ ਨੂੰ ਕਰ ਕੁਰ ਕੇ ਆਉਂਦੇ, ਤੁਹਾਡੇ 9-10 ਹਜ਼ਾਰ ਬਿੱਲ ਹੋ, ਤੁਸੀਂ ਤਾਰੋ, 3 ਮਹੀਨੇ ਹੋ ਗਏ ਤੁਸੀਂ ਤਾਰਿਆ ਨਹੀਂ। ਫਿਰ ਅਸੀਂ ਉਹ ਤਾਰ ਦਿੱਤਾ, ਅਤੇ ਫਿਰ ਉਸ ਤੋਂ ਅਗਲਾ ਬਿੱਲ ਆਇਆ ਸੀ, ਉਹ ਵੀ ਤਕਰੀਬਨ ਤੁਹਾਨੂੰ ਸ਼ਾਇਦ ਦੱਸਿਆ ਹੋਏ ਕਿਸੇ ਵੀਡੀਓ ਦੇ ਵਿੱਚ, ਦੱਸਿਆ ਸੀ ਤਕਰੀਬਨ, ਕਿਉਂਕਿ 72-73 ਸੌ ਰੁਪਇਆ ਉਹ ਵੀ ਬਿੱਲ ਆ ਗਿਆ ਸੀ, 73-74 ਸੌ ਰੁਪਇਆ, ਅਤੇ ਉਹ ਵੀ ਜਨਾਬ ਬਿੱਲ ਫਿਰ ਪਿਛਲਾ ਉਸ ਤੋਂ ਬਾਅਦ ਆਇਆ, ਅਤੇ ਹੁਣ ਇਹ ਬਿੱਲ ਜਿਹੜਾ ਆਇਆ ਹੀ ਨਹੀਂ। ਸਾਡੇ ਨਾਲ ਦੇ ਗੁਆਂਢੀਆਂ ਦਾ ਵੀ ਆ ਗਿਆ, ਅੰਮੀ ਅੱਬੂ ਕਿਹਾ ਉਹਦਾ ਪੁੱਛਿਆ ਉਹਨਾਂ ਨੂੰ, ਤੁਹਾਡੇ ਵੀ ਬਿੱਲ ਆ ਗਏ, ਕਹਿੰਦੇ 2-3 ਮੀਟਰਾਂ ਦੇ ਸਾਡੇ ਵੀ ਆ ਗਏ ਨੇ, ਅਤੇ ਸਾਡਾ ਕੋਈ ਵੀ ਨਹੀਂ ਆਇਆ ਹੈ। ਅਤੇ ਸੁਬਾਹ ਉੱਥੇ ਜਾ ਕੇ ਪਤਾ ਕਰਾਂਗੇ। ਮੇਰੀ ਵਾਈਫ ਮੈਨੂੰ ਕਹਿੰਦੀ ਕਿ ਜਦੋਂ ਤੁਸੀਂ ਸੁੱਤੇ ਸੀ ਉਦੋਂ ਵਰਤਾਉਂਦੇ ਫਿਰਦੇ, ਮੈਂ ਤੁਹਾਨੂੰ ਜਦੋਂ ਉਹਨੇ ਸਾਡੇ ਘਰ ਨਹੀਂ ਨਾ ਦਿੱਤਾ ਬਿੱਲ, ਤਾਂ ਮੈਂ ਤੁਹਾਨੂੰ ਉਠਾਉਣ ਲੱਗੀ ਸਾਂ, ਮੈਂ ਕਿਹਾ ਤੁਹਾਨੂੰ ਉਠਾ ਦੇਣ ਦੀ ਤਾਂ ਕਿ ਮੈਂ ਉਹਨੂੰ ਪੁੱਛਿਆ ਸਾਡਾ ਬਿੱਲ। ਖੈਰ ਜੋ ਵੀ ਹੋਣਾ ਸੀ ਹੋ ਗਿਆ, ਅਤੇ ਹੁਣ ਇਨਸ਼ਾਅੱਲਾ ਸੁਬਾਹ ਪਤਾ ਕਰਾਂਗੇ ਆਪਣਾ ਵਾਪਸਾ ਦੇ ਦਫ਼ਤਰ 'ਚੋਂ। ਅਤੇ ਮੈਂ ਕਿਹਾ ਥੋੜ੍ਹਾ ਜਿਹਾ ਇਸ ਕਲਿੱਪ ਨੂੰ ਵਿੱਚ ਐਡ ਕਰਦਾ। ਇਹ ਕਲਿੱਪ ਐਡ ਕਰਨ ਦਾ ਮਕਸਦ ਇਹ ਕਿ ਤੁਸੀਂ ਉੱਥੇ ਵਾਪਸਾ ਦੇ ਦਫ਼ਤਰ 'ਚ ਜਾ ਕੇ ਆਪਣੇ ਪਤਾ ਕਰ ਸਕਦੇ ਹੋ, ਤਾਂ ਕਿ ਕੱਲ੍ਹ ਨੂੰ ਤੁਹਾਡਾ ਵੀ ਇਹ ਨਾ ਹੋਏ ਮੇਰੀ ਤਰ੍ਹਾਂ ਮੀਟਰ ਕੱਟਣ ਆ ਜਾਣ, ਕੱਲ੍ਹ ਨੂੰ ਕੋਈ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿ ਮੀਟਰ ਕੱਟਣ ਵਾਲੇ ਆ ਜਾਣ। ਜਾਂ ਫਿਰ ਇਸ ਵੀਡੀਓ ਦੇ ਕਰੀਏ ਜਨਾਬ ਇੱਥੇ ਐਂਡ। ਜ਼ਿੰਦਗੀ ਤੰਦਰੁਸਤੀ ਰਹੀ, ਅਤੇ ਮਿਲਾਂਗੇ ਸੁਬਾਹ ਅਗਲੀ ਵੀਡੀਓ ਦੇ ਨਾਲ। ਉਹਨਾਂ ਚਿਕਰ ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼।